ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਸਾਡੇ ਨਿਊ ਐਪੀਸੋਡ, ਬਲੌਗਿੰਗ ਕੁਛ ਵੀ ਕਹਿ ਸਕਦੇ ਹਾਂ, ਪੋਡਕਾਸਟ ਸਾਰਾ ਕੁਛ ਹੀ ਆਪਾਂ ਲੈ ਕੇ ਆਉਂਗੇ। ਅਤੇ ਇਹਦਾ ਨਾਮ ਹੈਗਾ ਕੋਲਿੰਗ ਅੱਡਾ। ਇਹ ਨਾਮ ਆਪਾਂ ਰੱਖਿਆ ਆ ਕਿ ਆਪਾਂ ਬਲੌਗਿੰਗ ਕਰੂੰਗੇ, ਪੋਡਕਾਸਟ ਕਰੂੰਗੇ, ਕੁਛ ਵੀ ਕਰੂੰਗੇ, ਹੈ ਨਾ, ਕਦੀ ਵੀ ਆਪਾਂ ਉਹਦੇ ਵਿੱਚ ਇੱਕ ਕੌਲ ਲਾਉਂਗੇ ਨੋਨ ਬੰਦੇ ਨੂੰ, ਅਤੇ ਕੌਲ ਲਾ ਕੇ ਅਤੇ ਆਪਣਾ ਜਿਹੜਾ ਵੀ ਜਿਹੜੀ ਵੀਡੀਓ ਦੇ ਵਿੱਚ, ਜਿਹੜੇ ਬਲੌਗ ਦੇ ਵਿੱਚ ਆਪਣਾ ਜਿਹੜਾ ਵੀ ਟੌਪਿਕ ਹੋਊਗਾ ਕਿ ਅੱਜ ਆਪਾਂ ਇਸ ਟੌਪਿਕ ਦੇ ਉੱਤੇ ਗੱਲ ਕਰਨੀ ਆ, ਕੋਈ ਮੋਟੀਵੇਸ਼ਨਲ ਟੌਪਿਕ ਹੋਵੇ ਜਾਂ ਕੁਛ ਵੀ, ਅਤੇ ਆਪਾਂ ਉਹਦੇ ਆਧਾਰ 'ਤੇ ਹੈ ਨਾ ਕੌਲ ਲਾਉਂਗੇ ਨੋਨ ਬੰਦੇ ਨੂੰ, ਅਤੇ ਉਹਨਾਂ ਦੀ ਵੀ ਰਾਏ ਲਉਂਗੇ। ਅਤੇ ਮੇਨ ਮੋਟਿਵ ਆਪਣਾ ਇਹ ਆ, ਆਪਣੇ ਜੋ ਵੀ ਬਲੌਗਿੰਗ ਕਰਨੀ ਆ ਜਾਂ ਕੁਛ ਵੀ ਆ। ਬਾਕੀ ਇਹਦੇ ਵਿੱਚ ਆਪਾਂ ਇਹ ਤਾਂ ਨਹੀਂ ਦਿਖਾਉਂਗੇ ਕਿ ਸਾਰੀ ਦਿਹਾੜੀ ਅਸੀਂ ਕੀ ਕਰੀ ਜਾਂਦੇ ਹਾਂ ਜਾਂ ਕੁਛ ਵੀ ਆ। A few moments later. ਹਾਂ, ਇੰਟਰਟੇਨਮੈਂਟ ਦੀਆਂ ਕੁਛ ਕੁਛ ਚੀਜ਼ਾਂ ਜਾਂ ਹੈ ਨਾ ਇਹ ਚੀਜ਼ਾਂ ਤੁਹਾਨੂੰ ਜ਼ਰੂਰ ਦਿਖਾਉਂਗੇ, ਬਾਕੀ ਫੁਕਰੀਆਂ ਫਕਰੀਆਂ ਵਾਲਾ ਕੋਈ ਕੰਮ ਨਹੀਂ ਹੈਗਾ। ਹੈ ਨਾ, ਜਿੱਦਾਂ ਵੱਡੇ ਵੱਡੇ ਬਲੌਗਰ ਕਰਦੇ ਆ ਜਾਂ ਹੈ ਨਾ ਪੋਡਕਾਸਟ ਵਾਲੇ ਤਾਂ ਚਲੋ ਰੋਸਟ ਹੀ ਕਰਦੇ ਆ, ਅਤੇ ਜੋ ਵੀ ਅਸਲੀਅਤ ਆ ਉਹੀ ਦਿਖਾਈ ਜਾਊਗੀ, ਜੋ ਸਾਡੇ ਕੋਲ ਹੈਗਾ ਆ ਉਹ ਸਾਰਾ ਕੁਛ ਦਿਖਾਉਂਗੇ। ਅਤੇ ਬਾਕੀ ਪ੍ਰਵਾਨ ਕਰਿਓ, ਨਵੀਂ ਚੀਜ਼ ਤਾਂ ਨਹੀਂ ਕਹਿ ਸਕਦਾ, ਪਹਿਲਾਂ ਵੀ ਕਿਸੇ ਨੇ ਇੱਦਾਂ ਦਾ ਕੁਛ ਕੀਤਾ ਹੋਊਗਾ। ਪਰ ਫਿਰ ਵੀ ਜਾਣੀ ਕਿ ਦਿਮਾਗ ਅਤੇ ਦਿਲ ਦੇ ਵਿੱਚ ਸੀਗਾ ਕਿ ਹਾਂ ਵੀ ਕੁਛ ਵੱਖਰੀ ਜਿਹੀ ਚੀਜ਼ ਹੱਟ ਕੇ ਕੀਤੀ ਜਾਵੇ, ਹੈ ਨਾ। ਸੋ ਮੈਂ ਇੱਦਾਂ ਦੀ ਚੀਜ਼ ਦੇਖੀ ਤਾਂ ਹੈ ਨਹੀਂ ਗੀ, ਤਾਂ ਕਰਕੇ ਫਿਰ ਮੈਂ ਸੋਚਿਆ ਕਿ ਮੈਂ ਇਹ ਚੀਜ਼ ਕਰਾਂ, ਹੈ ਨਾ। ਅਤੇ ਬਾਕੀ ਕੈਮਰਾ ਫੇਸ ਕਰਨਾ ਬੜਾ ਔਖਾ ਆ, ਅਤੇ ਤਾਂ ਕਰਕੇ ਨਿਗਾਹ ਮੇਰੀ ਉੱਧਰ ਨੂੰ ਜਾਈ ਜਾਂਦੀ ਵਾਰ ਵਾਰ। ਹੌਲੀ ਹੌਲੀ ਆ, ਫਸਟ ਟਾਈਮ ਆ, ਅਤੇ ਹੌਲੀ ਹੌਲੀ ਆਪਾਂ ਹੋਰ ਜ਼ਿਆਦਾ ਇੰਟੈਲੀਜੈਂਟ ਹੋਊਂਗੇ ਇਸ ਚੀਜ਼ ਦੇ ਵਿੱਚ। ਬਾਕੀ ਸਾਰਾ ਦਿਨ ਸਾਡੇ ਕੋਲ ਇੰਨਾ ਟਾਈਮ ਤਾਂ ਨਹੀਂ ਹੁੰਦਾ ਹੈਗਾ, ਕਿਉਂਕਿ ਮਿਊਜ਼ਿਕ ਦੇ ਵਿੱਚ ਬਿਜ਼ੀ ਹੁੰਦੇ ਹਾਂ ਨਾ ਸਟੂਡੀਓ ਦੇ ਵਿੱਚ। ਬਸ ਇਹ ਆਪਾਂ ਇੱਕ ਇੰਟਰਟੇਨਮੈਂਟ ਸੋਰਸ ਜਿਹਾ ਬਣਾਇਆ ਆ ਕਿ ਆਪਾਂ ਸਾਰੀ ਦਿਹਾੜੀ ਇੱਥੇ ਗੁੰਮ ਜਿਹੇ ਹੋ ਜਾਈਦਾ ਸਟੂਡੀਓ ਦੇ ਵਿੱਚ, ਹੈ ਨਾ। ਅਤੇ ਕੁਛ ਨਾ ਕੁਛ ਇੱਦਾਂ ਦਾ ਇੰਟਰਟੇਨਮੈਂਟ ਵਾਲਾ ਹੋਣਾ ਚਾਹੀਦਾ ਆ, ਅਤੇ ਜਿਹਦੇ ਨਾਲ ਆਪਣੇ ਨਾਲ ਲੋਕ ਵੀ ਜੋੜੂਗੇ ਹੋਰ, ਸਹੀ ਹੈ ਨਾ। ਅਤੇ ਬਾਕੀ ਜੇ ਬਿਜ਼ਨਸ ਵਾਲੇ ਪਾਸੇ ਸੋਚੀਏ ਜਾਂ ਕੁਛ ਵੀ ਆ, ਉਹ ਆਪਣੇ ਕੋਲ ਆਪਣਾ ਮਿਊਜ਼ਿਕ ਹੈਗਾ ਆ, ਸਹੀ ਆ, ਉਹ ਜ਼ਿੰਦਾਬਾਦ ਆ। ਅਤੇ ਬਾਕੀ ਇਹ ਚੀਜ਼ਾਂ ਤੁਹਾਨੂੰ ਨਹੀਂ ਪਤਾ ਲੱਗਣੀਆਂ, ਇਹ ਚੀਜ਼ਾਂ ਸਿਰਫ ਮਿਊਜ਼ਿਕ ਡਾਇਰੈਕਟਰ ਨੂੰ ਪਤਾ ਲੱਗਣੀਆਂ ਆ, ਮਿਊਜ਼ਿਕ ਪ੍ਰੋਡਿਊਸਰ ਨੂੰ, ਕਿ ਇੱਥੇ ਰਹਿ ਕੇ ਅੰਦਰ ਹੀ ਕੰਮ ਕਰੀ ਜਾਣਾ ਸਾਰੀ ਦਿਹਾੜੀ ਕਿੰਨਾ ਔਖਾ ਆ, ਹੈ ਨਾ। ਇਸ ਲਈ ਕੋਈ ਨਾ ਕੋਈ ਤੁਹਾਡੇ ਕੋਲ ਇੰਟਰਟੇਨਮੈਂਟ ਦਾ ਸੋਰਸ ਹੋਣਾ ਚਾਹੀਦਾ, ਸਹੀ ਆ। ਹੁਣ ਪਹਿਲਾਂ ਇੰਟਰਟੇਨਮੈਂਟ ਜਾਂ ਪਹਿਲਾਂ ਕੰਮ ਬਹੁਤ ਘੱਟ ਸੀਗਾ ਜਾਂ ਕੁਛ ਵੀ ਆ, ਤਾਂ ਪਲੇਅ ਸਟੇਸ਼ਨ ਖੇਡੀ ਜਾਣੀ ਜਾਂ ਕੁਛ ਵੀ, ਹੈ ਨਾ। ਅਤੇ ਹੁਣ ਪਰ ਉਹ ਚੀਜ਼ਾਂ ਤੋਂ ਵੀ ਬੋਰ ਹੋ ਗਏ ਹਾਂ, ਤਾਂ ਕਰਕੇ ਕੁਛ ਨਵੀਂ ਚੀਜ਼ ਕੀਤੀ ਜਾਵੇ। ਅਤੇ ਮੋਟਿਵ ਆਪਣਾ ਮੇਨ ਇਹੀ ਆ ਕਿ ਵੀਡੀਓ ਦੇ ਸੈਂਟਰ ਦੇ ਵਿੱਚ ਜਾਂ ਐਂਡ ਦੇ ਵਿੱਚ ਆਪਾਂ ਕੋਲਿੰਗ ਜ਼ਰੂਰ ਲਾਉਂਗੇ ਕਿਸੇ ਨੂੰ, ਅਤੇ ਉਹਦੇ ਤੋਂ ਰਾਏ ਲਾਉਂਗੇ ਆਪਾਂ, ਜਿਹੜਾ ਵੀ ਆਪਣਾ ਟੌਪਿਕ ਹੋਊਗਾ, ਜਿੱਦਣ ਬਲੌਗ ਆਊਗਾ ਉੱਦਣ ਹੀ ਆਪਣਾ ਜਿਹੜਾ ਟੌਪਿਕ ਹੋਊਗਾ ਨਾ, ਉਹਦੇ ਆਧਾਰ ਦੇ ਉੱਤੇ ਤੁਹਾਨੂੰ ਉਹ ਕੋਲਿੰਗ ਵੀ ਰਿਕਾਰਡਿੰਗ ਵੀ ਸੁਣਾਈ ਜਾਊਗੀ, ਸਹੀ ਆ। ਅਤੇ ਉਹ ਬੰਦੇ ਚਾਹੂਗੇ ਤਾਂ ਉਹਨਾਂ ਨੂੰ ਮੈਨਸ਼ਨ ਕਰ ਦੂੰਗੇ, ਜੇ ਉਹ ਚਾਹੂਗੇ ਕਿ ਹਾਂ ਵੀ ਸਾਡਾ ਨਾਂ ਨਾ ਲਿਓ ਵਿੱਚ, ਤਾਂ ਆਪਾਂ ਨਾਮ ਨਹੀਂ ਲਊਂਗੇ। ਅਤੇ ਬਾਕੀ ਮੈਂ ਆਪਣੇ ਸਾਰੇ ਫਰੈਂਡਸ ਨੂੰ, ਮਿਊਜ਼ਿਕ ਵਾਲੇ ਮੇਰੇ ਸਾਰੇ ਫਰੈਂਡਸ ਆ, ਅਤੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਕਦੇ ਵੀ ਕੌਲ ਆ ਸਕਦੀ ਆ, ਧਿਆਨ ਰੱਖਿਓ। ਅਤੇ ਮੇਰ ਮੈਂ ਸੈਫੀ ਅਰੋੜੇ ਨੂੰ ਕਹਿ ਰਿਹਾ ਕਿ ਕੌਲ ਆ ਸਕਦੀ ਆ, ਕਾਕਾ ਧਿਆਨ ਰੱਖੀ। ਅਤੇ ਸੈਫੀ ਅਰੋੜਾ ਮੇਰਾ ਭਰਾ ਛੋਟਾ, ਬਹੁਤ ਵਧੀਆ ਮਿਊਜ਼ਿਕ ਕਰਦਾ ਅੰਮ੍ਰਿਤਸਰ ਤੋਂ, ਅਤੇ ਕਿਸੇ ਨੂੰ ਵੀ ਆਪਾਂ ਕੌਲ ਕਰ ਸਕਦੇ ਹਾਂ ਕੁਛ ਵੀ, ਅਤੇ ਵਧੀਆ ਲੱਗੂਗਾ ਤੁਹਾਨੂੰ। ਜੋ ਮੈਂ ਸੋਚਿਆ ਆ ਜੇ ਉਹ ਚੀਜ਼ ਹੋ ਗਈ ਤਾਂ ਫਿਰ ਤਾਂ ਵਧੀਆ ਆ, ਪਰ ਹਾਂ ਇੱਦਾਂ ਆ ਕਿ ਆਪਾਂ ਕਰੀ ਜਾਣਾ, ਅਸੀਂ ਤਾਂ ਮਿਊਜ਼ਿਕ ਦੇ ਵਿੱਚ ਨਹੀਂ ਰੁਕੇ, ਸਾਡਾ ਗਾਣਾ ਕੋਈ ਸੁਣੇ ਨਾ ਸੁਣੇ, ਜਾਣੀ ਕਿ ਕਈ ਵਾਰੀ ਨਿਰਾਸ਼ਾ ਜਿਹੀ ਹੁੰਦੀ ਆ ਬੰਦੇ ਨੂੰ ਕਿ ਹਾਂ ਵੀ ਸਾਡਾ ਯਾਰ ਗਾਣਾ ਕੋਈ ਸੁਣਦਾ ਹੀ ਨਹੀਂ ਹੈਗਾ ਜਾਂ ਕੁਛ ਵੀ, ਹੈ ਨਾ। ਅਤੇ ਪਰ ਫਿਰ ਵੀ ਲੱਗੇ ਹੋ ਆ, ਲੱਗੇ ਰਹਿਣਾ ਆ, ਇਹੀ ਚੀਜ਼ਾਂ ਕਰਨੀਆਂ ਆ, ਹੋਰ ਜ਼ਿੰਦਗੀ ਦੇ ਵਿੱਚ ਕੋਈ ਆਪਣਾ ਏਮ ਹੈ ਨਹੀਂ ਗਾ, ਅਤੇ ਨਾ ਆਪਣੇ ਕੋਲ ਵਾਲੀ ਫੂਫਾ ਆ
ਕਿ ਹਾਂ ਬਈ ਸਾਡੇ ਕੋਲ ਆਹ ਹੋਵੇ ਉਹ ਹੋਵੇ, ਜਿੰਨਾ ਆਹ ਰੱਬ ਨੇ ਦਿੱਤਾ ਹੈ ਨਾ ਇਹਦੇ ਵਿੱਚ ਸ਼ੁਕਰ ਗੁਜ਼ਾਰ ਹਾਂ ਰੱਬ ਦੇ, ਅਤੇ ਬਸ ਰੱਬ ਭਲੀ ਕਰੇ। ਅਤੇ ਇਹ ਇੰਟਰੋ ਸੀਗੀ ਕਿ ਅਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ, ਬਾਕੀ ਜੋ ਕੁਛ ਵੀ ਉਹ ਨੈਕਸਟ ਵਲੌਗਾਂ ਦੇ ਵਿੱਚ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਕਿ ਅਸੀਂ ਮੈਂ ਕਹਿਣਾ ਕੀ ਚਾਹੁੰਦਾ ਹਾਂ, ਕਿ ਮੈਂ ਕਿਹੜੀ ਚੀਜ਼ ਕਰਨੀ ਚਾਹੁੰਦਾ ਹਾਂ ਉਹ ਤੁਹਾਨੂੰ ਪਤਾ ਲੱਗ ਜਾਣਾ। ਬਾਕੀ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਕਮੈਂਟ, ਸ਼ੇਅਰ, ਲਾਈਕ, ਸਬਸਕ੍ਰਾਈਬ ਸਾਡਾ ਦਾ ਗੇਮਰ ਦਾ ਓਫੀਸ਼ੀਅਲ ਯੂਟਿਊਬ ਚੈਨਲ, ਜਿੱਥੇ ਗਾਣੇ ਆਉਂਦੇ ਆ ਅਤੇ ਉਹਦੇ ਉੱਤੇ ਹੀ ਆਪਾਂ ਬਲੌਗ ਵੀ ਸਾਰੇ ਪਾਇਆ ਕਰੂੰਗੇ, ਅਤੇ ਜ਼ਰੂਰ ਦੇਖਿਓ, ਸਬਸਕ੍ਰਾਈਬ ਕਰਿਓ ਚੈਨਲ ਨੂੰ, ਉਹ ਘੰਟੀ ਜੀ ਵੀ ਦੱਬ ਦਿਓ, ਤੁਹਾਨੂੰ ਫਿਰ ਉਦੋਂ ਹੀ ਪਤਾ ਲੱਗ ਜਾ ਕਰੂਗਾ ਕਿ ਹਾਂ ਵੀ ਬਲੌਗ ਆਇਆ ਨਵਾਂ। ਅਤੇ ਬਾਕੀ ਧੰਨਵਾਦ ਆ ਸਾਰਿਆਂ ਦਾ, ਅਤੇ ਪ੍ਰਵਾਨ ਕਰਿਓ ਜੋ ਵੀ ਅਸੀਂ ਚੀਜ਼ ਕਰਨ ਲੱਗੇ ਹਾਂ। ਸਤਿ ਸ਼੍ਰੀ ਅਕਾਲ।